ਅੱਜ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ, ਜਿਸ ਦੀ ਅਗਵਾਈ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਤੋਂ ਮੌਜੂਦਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੀਤੀ। ਇਸ ਮੌਕੇ ਭਾਜਪਾ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਾਰੀ ਕੀਤੇ ਗਏ ਸੰਕਲਪ ਪੱਤਰ ਦੇ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਕੇਂਦਰੀ ਆਗੂਆਂ ਵੱਲੋਂ ਭਾਜਪਾ ਦਾ ਸੰਕਲਪ ਪੱਤਰ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹੀ ਗੱਲਾਂ ਕੀਤੀਆਂ ਗਈਆਂ ਨੇ ਜੋ ਕਿ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਚਾਹੇ ਰਾਮ ਮੰਦਿਰ ਦਾ ਮੁੱਦਾ ਹੋਵੇ ਜਾਂ CAA ਦਾ ਮੁੱਦਾ ਹੋਵੇ, ਜੋ ਵੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਗਏ ਨੇ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਹ ਸੰਕਲਪ ਪੱਤਰ ਗਰੀਬ, ਯੁਵਾ, ਅੰਨਦਾਤਾ, ਨਾਰੀ ਸ਼ਕਤੀ, ਇਹਨਾਂ ਚਾਰ ਜਿਹੜੇ ਮਾਡਲ ਹੈ ਉਹਨਾਂ ਦੇ ਆਧਾਰ ਤੇ ਬਣਿਆ ਹੈ। ਇਹ ਚਾਰ ਸਤੰਭਾਂ ਤੇ ਸੰਕਲਪ ਪੱਤਰ ਤਿਆਰ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਵਿਕਾਸ ਯੋਜਨਾਵਾਂ ਨੂੰ ਜਾਰੀ ਰੱਖਿਆ ਗਿਆ ਤੇ ਨਾਲ ਹੀ ਵਿਕਾਸ ਕਾਰਜਾਂ ਨੂੰ ਵਧਾਇਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਮੌਜੂਦਗੀ ਦੇ ਅੰਦਰ ਸਾਡੇ ਰਾਸ਼ਟਰੀ ਅਧਿਆਪਕ ਜੀ ਨੇ ਔਰ BJP ਦੇ ਸੰਕਲਪ ਪੱਤਰ ਦੇ ਚੇਅਰਮੈਨ ਮਾਨਯ ਰਾਜਨਾਥ ਸਿੰਘ ਜੀ ਔਰ ਗ੍ਰਹਿ ਮੰਤਰੀ ਜੀ ਨੇ 2 ਦਿਨ ਪਹਿਲਾਂ ਪਾਰਟੀ ਦਾ ਸੰਕਲਪ ਪੱਤਰ ਜਿਹੜਾ ਉਹ ਪ੍ਰਸਤੁਤ ਕੀਤਾ ਔਰ ਪਿਛਲੇ 10 ਸਾਲਾਂ 'ਚ ਜਿਹੜੇ ਅਸੀਂ 2 ਸੰਕਲਪ ਪੱਤਰ ਲੈ ਕੇ ਆਏ ਸੀ 14 'ਚ ਔਰ 19 'ਚ, ਉਹਦੇ ਅੰਦਰ ਦੇਸ਼ ਨਾਲ ਜਿਹੜੀਆਂ ਕਮਿਟਮੈਂਟ ਕੀਤੀਆਂ ਸੀ ਉਹ ਦੱਸਿਆ ਹੈ ਕਿ ਇਹ ਦੇਖੋ ਅਸੀਂ ਜੇ ਕਿਹਾ ਸੀ ਕਿ ਧਾਰਾ 370 ਸਮਾਪਤ ਕਰਾਂਗੇ ਤੇ ਕੀਤੀ ਹੈ, ਜੇ ਅਸੀਂ ਕਿਹਾ ਸੀ ਕਿ ਸ਼੍ਰੀ ਰਾਮ ਮੰਦਿਰ ਜੀ ਦੇ ਮੰਦਿਰ ਦੇ ਨਿਰਮਾਣ 'ਚ ਜਿਹੜੀਆਂ ਆ ਰਹੀਆਂ ਅੜਚਨਾ ਉਹਨੂੰ ਦੂਰ ਕਰਾਂਗੇ ਤੇ ਉਹਨੂੰ ਦੂਰ ਕਰਕੇ ਭਵੇ ਰਾਮ ਮੰਦਿਰ ਦਾ ਨਿਰਮਾਣ ਕੀਤਾ, ਜੇ ਅਸੀਂ ਕਿਹਾ ਸੀ ਕਿ ਜਿਹੜੇ ਸਾਡੇ ਅਲਪ ਸੰਖਿਅਕ ਸਾਡੇ ਗੁਆਂਢੀ ਦੇਸ਼ਾਂ 'ਚ ਰਹਿੰਦੇ ਨੇ ਔਰ ਧਰਮ ਦੇ ਆਧਾਰ ਦੇ ਉੱਤੇ ਉਤਪੀੜਨ ਉਹਨਾਂ ਦਾ ਹੋ ਰਿਹਾ ਔਰ ਦੇਸ਼ 'ਚ ਆਉਣ ਉਹਨਾਂ ਨੂੰ ਨਾਗਰਿਕਤਾ ਮਿਲੇ ਉਹਦੇ ਲਈ CAA ਦਾ ਕਾਨੂੰਨ ਵੀ ਅਸੀਂ ਬਣਾਇਆ। ਇਹਦੇ ਨਾਲ ਨਾਲ ਜਿਤਨੇ ਵੀ ਕਿ 80 ਕਰੋੜ ਲੋਕਾਂ ਗਰੀਬ ਲੋਕਾਂ ਨੂੰ ਅਨਾਜ ਦੇਣ ਦੀ ਗੱਲ ਸੀ ਔਰ ਸਰਕਾਰ ਨੇ ਉਹਨੂੰ ਦਿੱਤਾ, ਭੈਣਾਂ ਦਿਆ ਨੂੰ ਇੱਜ਼ਤ ਘਰ ਬਣਾ ਕੇ ਦਿੱਤਾ, ਇੱਦਾਂ ਹੀ ਗੈਸ ਹਰ ਘਰ ਦੇ ਅੰਦਰ ਗੈਸ ਸਿਲੰਡਰ ਪਹੁੰਚਾਇਆ। ਇਹ ਇਕੱਲੇ ਮੋਦੀ ਨੇ ਜਿਹੜਾ ਪਹਿਲੇ ਦਿਨ ਕਿਹਾ ਸੀ ਕਿ ਜਦੋਂ ਪਾਰਲੀਮੈਂਟ 'ਚ ਦਾਖਲ ਹੋਏ ਉਹਨਾਂ ਨੇ ਕਿਹਾ ਸੀ ਕਿ ਮੇਰੀ ਸਰਕਾਰ ਉਸ ਵੇਲੇ ਗਰੀਬ, ਕਿਸਾਨ, ਪਿਛੜੇ ਵਰਗ ਨੂੰ ਸਮਰਪਿਤ ਹੈ। ਅੱਜ ਵੀ ਜਿਹੜਾ ਅਸੀਂ ਘੋਸ਼ਣਾ ਪੱਤਰ ਜਦੋਂ ਪ੍ਰਸਤੁਤ ਹੋਇਆ ਸੰਕਲਪ ਪੱਤਰ ਉਹਨੂੰ ਵੀ ਉਹਦੇ ਵੀ 4 ਸਤੰਭ ਨੇ। ਗਿਆਨ ਪਹਿਲਾਂ ਕੀ ਹੈ, ਗਰੀਬ ਲਈ ਸਮਰਪਿਤ ਹੈ, ਗੱਲ ਆ ਰਹੀ ਹੈ ਸਮਝ? ਔਰ ਇਹ ਅੰਨਦਾਤਾ ਵਾਏ ਯੁਵਾ ਐਨ ਨਾਰੀ ਸ਼ਕਤੀ, ਗਰੀਬ, ਯੁਵਾ, ਅੰਨਦਾਤਾ ਔਰ ਨਾਰੀ ਸ਼ਕਤੀ, ਇਹ 4 ਸਤੰਭ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਇਹ ਘੋਸ਼ਣਾ ਪੱਤਰ ਸੰਕਲਪ ਪੱਤਰ ਆਇਆ ਔਰ ਇਹਦੀ ਗਰੰਟੀ ਪ੍ਰਧਾਨ ਮੰਤਰੀ ਜੀ ਨੇ ਇਸ ਆਧਾਰ 'ਤੇ ਲਈ ਕਿਉਂਕਿ ਪਹਿਲਾਂ ਜਿਹੜਾ 14 'ਚ ਪੇਸ਼ ਕੀਤਾ ਉਹਨੂੰ ਪੂਰਾ ਕੀਤਾ, ਜਿਹੜਾ 19 'ਚ ਪੇਸ਼ ਕੀਤਾ ਉਹਨੂੰ ਪੂਰਾ ਕੀਤਾ ਔਰ ਇਹ ਕੰਟੀਨਿਊਟੀ ਬਣਾ ਕੇ ਰੱਖੀ ਇਹਦੇ 'ਚ। ਇਹਦੇ ਅੰਦਰ ਕੋਈ ਇਹ ਨਹੀਂ ਹੈ ਕਿ ਲੜੀਆਂ ਤੋੜਤੀਆਂ ਹੋਣ, ਮਾਨੋ 80 ਕਰੋੜ ਲੋਕ ਗਰੀਬ ਲੋਕਾਂ ਨੂੰ ਅਨਾਜ ਦੀ ਸੁਵਿਧਾ ਮਿਲ ਰਹੀ ਹੈ ਅਤੇ ਉਹਨੂੰ 5 ਸਾਲ ਲਈ ਹੋਰ ਵਧਾਤਾ, ਕਿਸਾਨ ਨੂੰ ਅਗਰ 6,000 ਰੁਪਇਆ ਸਨਮਾਨ ਨਿਧੀ ਮਿਲ ਰਹੀ ਹੈ
ਅਤੇ ਉਹਨੂੰ ਕੰਟੀਨਿਊਟੀ ਉਹਦੀ ਬਣਾਈ ਰੱਖੀ, ਉਹਨੂੰ ਰੋਕਿਆ ਨਹੀਂ। ਅਗਰ ਗੈਸ ਗੈਸ ਦੇ ਦੁਆਰਾ ਸਿਲੰਡਰ ਮਿਲਦਾ ਸੀ ਉਜਵਲਾ ਯੋਜਨਾ ਦੇ ਤਹਿਤ, ਉਹਨੂੰ ਇਹ ਵਾਅਦਾ ਕੀਤਾ ਹੈ ਕਿ ਪਾਈਪ ਦੇ ਮਾਧਿਅਮ ਨਾਲ ਗੈਸ ਲਿਆਂਗੇ। ਮੇਰਾ ਕੇਵਲ ਇਤਨਾ ਮਤਲਬ ਹੈ ਕਿ ਕੋਈ ਵੀ ਜਿਹੜੀਆਂ ਸਕੀਮਾਂ ਪੁਰਾਣੀਆਂ ਚੱਲ ਰਹੀਆਂ ਸੀ ਉਹ 'ਚ ਬੜੋਤਰੀ ਕੀਤੀ ਹੈ। ਜੇ ਪਹਿਲਾਂ 4,000 ਲੋਕਾਂ ਨੂੰ ਘਰ ਮਿਲਿਆ ਅਤੇ 3,000 ਨੂੰ ਹੋਰ ਮਿਲੇਗਾ, ਜੇ 1 ਕਰੋੜ ਭੈਣਾਂ ਲੱਖਪਤੀ ਬਣੀਆਂ ਅਤੇ 3 ਕਰੋੜ ਹੋਰ ਬਣਾਵਾਂਗੇ। ਇਹਦੇ ਨਾਲ ਨਾਲ ਜਿੱਥੇ ਸੰਸਕ੍ਰਿਤਿਕ ਦੇਸ਼ ਦਾ ਵਿਕਾਸ ਹੋਣਾ ਚਾਹੀਦਾ ਉੱਥੇ ਇਨਫਰਾਸਟ੍ਰਕਚਰ, ਰੇਲਵੇ ਦਾ ਨੈੱਟਵਰਕ ਵਧੇ, ਰੇਲਵੇ ਦੀਆਂ ਸੁਵਿਧਾਵਾਂ ਵਧਣ, ਬੁਲਟ ਟ੍ਰੇਨ ਦੀ ਦੇਸ਼ ਕਲਪਨਾ ਕਰੇ, ਕਲਪਨਾ ਹੀ ਨਹੀਂ ਕਰੇ ਉਹਨੂੰ ਸਾਕਾਰ ਕਰੇ, ਬੰਦੇ ਭਾਰਤ, ਅੰਮ੍ਰਿਤ ਭਾਰਤ, ਰੇਲਵੇ ਜਿਹੜੇ ਆ ਵਰਲਡ ਕਲਾਸ ਬਣਨ, ਔਰ ਸਿੱਖਿਆ ਦੇ ਖੇਤਰ 'ਚ ਵੀ ਨਵੀਂ ਕ੍ਰਾਂਤੀ ਆਏ। ਜਿਹੜੇ ਪੇਪਰ ਲੀਕ ਦਾ ਮਾਮਲਾ ਉਹਦੇ 'ਤੇ ਵੀ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਰੋਕ ਲੱਗੇ। ਪੰਜਾਬ 'ਚ ਨਸ਼ਾ ਵਧਿਆ ਹੋਇਆ, ਨਸ਼ੇ ਦੀ ਲੜਾਈ ਨੂੰ ਤੇਜ਼ ਕਰਾਂਗੇ। ਅਨੇਕ ਵਾਅਦੇ ਸਰਕਾਰ ਨੇ ਜਿਹੜੇ ਆ ਉਹ ਕੀਤੇ ਆ। ਯੁਵਾਵਾਂ ਦੇ ਅੰਦਰ ਮੁਦਰਾ ਯੋਜਨਾ ਜਿਹੜੀ ਉਹਨੂੰ ਲਾਗੂ ਰੱਖਿਆ, ਉਹਦੀ ਜਿਹੜੀ ਲਿਮਿਟ ਆ ਉਹਨੂੰ ਵਧਾ ਦਿੱਤਾ। ਪਹਿਲਾਂ 10 ਲੱਖ ਤੱਕ ਸੀ, ਹੁਣ 20 ਲੱਖ ਤੱਕ ਕਰਤੀ। ਸਟਾਰਟਅਪ ਉਹਨੂੰ ਵੀ ਗਤੀ ਦਿੱਤੀ। ਮਤਲਬ ਕੋਈ ਪਕਸ਼ ਐਸਾ ਨਹੀਂ ਹੈ ਜਿਹਨੂੰ ਸਰਕਾਰ ਨੇ ਟੱਚ ਨਾ ਕੀਤਾ ਹੋਏ। ਇਹਦੇ ਨਾਲ ਨਾਲ ਦੇਸ਼ ਦੀ ਸੁਰੱਖਿਆ ਸੁਰੱਖਿਅਤ ਰਹੇ ਔਰ ਪੂਰੇ ਵਿਸ਼ਵ ਦੇ ਅੰਦਰ ਦੇਸ਼ ਦਾ ਡੰਕਾ ਵੱਜੇ, ਇਹਦਾ ਵੀ ਸੰਕਲਪ ਲਿਆ। ਔਰ ਵੱਡੀ ਗੱਲ ਹੈ, ਇਹ ਜਿਹੜਾ ਬਜਟ ਹੈ, ਜਿਹੜਾ ਆਪਣਾ ਮੈਨੀਫੈਸਟੋ ਲਿਆਂਦਾ ਹੈ, ਜਿਹੜਾ ਸੰਕਲਪ ਪੱਤਰ ਲਿਆਂਦਾ, ਇਹ 100 ਸਾਲ ਜਦੋਂ ਦੇਸ਼ ਦੇ ਹੋਣ ਤੇ ਹਿੰਦੁਸਤਾਨ ਵਿਕਸਿਤ ਦੇਸ਼ ਬਣੇ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।